ਸਾਊਂਡ ਵਾਲੇ ਭਾਈ ਜ਼ਿੰਦਾਬਾਦ ਅੱਲਾ ਤੇਰੀ ਹਯਾਤ ਹੀ ਕਰੇ ਤੇ ਅੱਲਾ ਇਹਨਾਂ ਕੋਠੇ ਵਾਲਿਆਂ ਦੀ ਹਯਾਤ ਹੀ ਕਰੇ ਹੁਣ ਤਾਂ ਬੜੇ ਲਾਇਆ ਹੁਣ ਤਾਂ ਆਵਾਮ ਸਾਰੇ ਘਰ ਵਗ ਗਈ ਇਹ ਇੱਟਾਂ ਚੱਟ ਕੇ ਜਾ ਸੜ ਜਨਾਬ ਔਰ ਮੇਰੇ ਵੱਲ ਤਵੱਜੋ ਕਰੋ ਮੌਲਵੀ ਆਈ ਉਸ ਦਾ ਨਾਂ ਹੈ ਮੌਲਾਨਾ ਅਬੈਦੁੱਲਾ ਮੇਰਾ ਗਵਾਡੀ ਆਈ ਫੌਤ ਹੋ ਗਿਆ ਗਵਾਡੀ ਆਈ ਮੇਰਾ ਉਹਦੇ ਦਰਸ ਦੇ ਵਿੱਚ ਕਮ ਅਜ਼ ਕਮ 40-50 ਬੱਚਾ ਪੜਦਾ ਸੀ ਹੁਣ ਇੱਕ ਬੱਚਾ ਭਾਈ ਮੈਰੀ ਸੁਣ ਲਓ ਗਈ ਹੁਣ ਆਪਣੀ ਨਾ ਕਰੋ ਕਾਕਾ ਕੁਰਸੀ ਚਾਹਦੇ ਮੈਂ ਖਲੋ ਨਹੀਂ ਸਕੀ ਨਹੀਂ ਉੱਥੇ ਕੰਮ ਕਰ ਬੈਠਾ ਉਹਦੇ ਦਸ ਦੇ ਵਿੱਚ ਕੰਮ ਅਜ਼ ਕਮ 40-50 ਬੱਚਾ ਪੜਦਾ ਇੱਕ ਬੱਚੇ ਨੂੰ ਸਬਕ ਯਾਦ ਨਾ ਰਿਹਾ ਹੁਣ ਉਸਤਾਦ ਅਬੈਦੁੱਲਾ ਨੇ ਸਦਿਆ ਬੱਚੇ ਹੋਵੇ 7-1 ਸਾਲ ਦਾ ਉਠਾਈ ਰੱਖੋ ਜੀ ਸਪੀਕਰ ਜਿੱਥੇ ਅੱਗੇ ਖਲਾ ਜੀ ਹੈਲੋ ਚੀਕ ਚਕੌੜਾ ਹੀ ਮੰਗ ਕਰ ਕਾਕੀ ਬਾਹ ਜਾਗੇ ਦਾ ਹਯਾਤੀ ਹੋਈ ਅੱਖੀ ਦੇ ਅੱਗੂ ਟੱਪਣੀ ਮੇਰੀ ਤਬੀਅਤ ਨਾਸਾਜ਼ ਹੋ ਜਾਂਦੀ ਬਾਜਲ ਕਾਕੀ ਬਾਜਲ ਅੱਲਾ ਹਯਾਤੀ ਕਰੇ ਅੱਲਾ ਸਾਡੀ ਜ਼ਿੰਦਗੀ ਵੀ ਤੁਹਾਨੂੰ ਲਾਏ ਹੁਣ ਉਸ ਬੱਚੇ ਸਦਿਆ ਅਬੈਦੁੱਲੇ ਨੂੰ 7 ਸਾਲ ਦਾ ਬੱਚਾ ਅਬੈਦੁੱਲੇ ਨੂੰ ਸਦਨ ਦਾ ਪਿਆ ਅਬੈਦੁੱਲਾ ਬੜਾ ਕਬੜੀ ਗਿਆ ਉਸ ਬੱਚੇ ਨੂੰ ਆਖੇ ਅਰੇ ਉੱਲੂ ਕੇ ਪੱਠੇ ਆਪਕੋ ਬੋਲਣ ਕੀ ਤਮੀਜ਼ ਵੀ ਨਹੀਂ ਕਿ ਉਸਤਾਦ ਕੋ ਬੁਲਾਣਾ ਕੈਸੇ ਹੈ ਉਸਤਾਦ ਕੇ ਸਾਥ ਚੱਲਣਾ ਕੈਸੇ ਹੈ ਉਸਤਾਦ ਕੇ ਸਾਥ ਬੈਠਣਾ ਕੈਸੇ ਹੈ ਬੇਟਾ ਜਬ ਵੀ ਮੁਝੇ ਬੁਲਾਇਆ ਜਾਏ ਬੱਚੇ ਨੂੰ ਸਮਝਾਈਂਦਾ ਪਿਆ ਜਦੋਂ ਮੈਨੂੰ ਸੱਦੋ ਇਸ ਤਰ੍ਹਾਂ ਜਬ ਵੀ ਮੁਝੇ ਬੁਲਾਇਆ ਜਾਏ ਇਤਰਾਮ ਕੇ ਸਾਥ ਔਰ ਬਾ ਅਦਬ ਇਸ ਤਰ੍ਹਾਂ ਸਦਿਆ ਕਰੋ ਬੱਚਿਆਂ ਨੂੰ ਸਮਝਾਈਦਾ ਪਿਆ ਇਹ ਸਦਿਆ ਕਰੋ ਤਰ ਤਰ੍ਹਾਂ ਜਨਾਬ ਇੱਜ਼ਤ ਸ਼ਾਨ ਜਨਾਬ ਕਾਬਿਲ ਇਤਰਾਮ ਜਨਾਬ ਸ਼ਾਨ ਸ਼ੌਕਤ ਜਨਾਬ ਕਾਬਾ ਕਿਬਲਾ ਜਨਾਬ ਉਸਤਾਦ ਮੁਹਤਰਮ ਮੌਲਾਨਾ ਅਬੈਦੁੱਲਾ ਜੀ ਇਹ ਹਮਾਰਾ ਕਾਮ ਕਰ ਦੋ ਬੇਟਾ ਇਸ ਤਰ੍ਹਾਂ ਸਦਿਆ ਕਰੋ ਬੱਚਾ ਪਿਆ ਕਿ ਠੀਕ ਹੈ ਕੁਝ ਦਿਨਾਂ ਤੋਂ ਬਾਅਦ ਉਸ ਦਰਸ ਦੇ ਵਿੱਚ ਕੰਮ ਅਜ਼ ਕੰਮ 2500 ਦਾ ਨਵਾਂ ਬਿਸਤਰਾ ਪਿਆ ਮੌਲਵੀ ਦਾ ਇਦੂ ਬਾਲਾ ਅੱਗ ਚਬਾ ਲਈ ਅੱਗ ਦਾ ਅਗਾਰਾ ਉੱਡਿਆ ਬਿਸਤਰੇ 'ਤੇ ਜਾ ਪਿਆ ਹੁਣ ਉਹ ਬੱਚਾ ਵੇਖਦਾ ਬੈਠਾ ਹੈ ਵੀ ਉਸਤਾਦ ਅਬੈਦੁੱਲਾ ਦਾ ਬਿਸਤਰਾ ਸੜਦਾ ਪਿਆ ਹੁਣ ਬੱਚਾ ਦੱਸਿੰਦਾ ਪਿਆ ਵੀ ਤੇਰਾ ਬਿਸਤਰਾ ਸੜਦਾ ਪਿਆ ਉਦੋਂ ਅੰਗਾਰਾ ਡੱਠਾ ਪਿਆ ਜਨਾਬ ਅਲੀ ਜਨਾਬ ਇੱਜ਼ਤ ਸ਼ਾਨ ਜਨਾਬ ਕਾਬਿਲ ਇਤਰਾਮ ਉਦੋਂ ਹੁਣ ਬਿਸਤਰੇ ਦੀ ਰੜੀ ਨਿਕਲਦੀ ਪੈਂਦੀ ਜਨਾਬ ਸ਼ਾਨ ਸ਼ੌਕਤ ਜਨਾਬ ਕਾਬਾ ਕਿਬਲਾ ਜਨਾਬ ਉਸਤਾਦ ਮੁਹਤਰਮ ਜਦੋਂ ਇੱਕ ਚੋਂਡੀ ਨਾ ਬੱਚੀ ਬਿਸਤਰੇ ਦੀ ਉਸ ਬੱਚਾ ਹੱਸਿਆ ਸਹੀ ਤੇ ਉਸਤਾਦ ਨੂੰ ਪਿਆ ਕੇ ਜਨਾਬ ਮੌਲਾਨਾ ਅਬੈਦੁੱਲਾ ਜੀ ਯੇ ਆਪਕਾ ਬਿਸਤਰ ਜਲ ਚੁਕਾ ਮੌਲਵੀ ਮੋੜ ਪਟੀ ਗਿਆ ਉਸ ਆਖੇ ਉੱਲੂ ਦੇ ਪੱਠੇ ਉਸ ਵੇਲੇ ਪਤਾ ਸੈਨਾ ਜਦੋਂ ਬਿਸਤਰਾ ਫਨਾ ਹੋ ਗਿਆ ਉਹ ਮੈਨੂੰ ਜਲਦੀ ਜਲਦੀ ਚ ਸੱਦੇ ਆ ਬੈਦੁੱਲੀ ਬਿਸਤਰੀ ਸੜ ਗਈ ਆਈ ਸ਼ੁਕਰੀਆ ਸ਼ੁਕਰੀਆ ਬੜੀ ਮਿਹਰਬਾਨੀ ਤਾਂ ਇਹ ਤਾੜੀਆ ਤਾਂ ਫਨਕਾਰ ਦੀ ਜੇ ਕਮਜ਼ੋਰੀ ਹੁੰਦੀ ਤਾੜੀਆ ਕਿਉਂਕਿ ਅੱਜ ਤੁਸੀਂ ਇੱਕ ਤਾੜੀ ਮਿਲੇ ਸੋ ਇਨਸ਼ਾਅੱਲਾ ਅਗਲੇ ਜਹਾਨ ਤੁਹਾਨੂੰ 70 ਤਾੜੀ ਦਾ ਸਵਾਬ ਮਿਲ ਸੀ ਇੱਕ ਅੰਨਾ ਬਾਜ਼ਾਰ ਟੁਰਿਆ ਜਾਵੇ ਅੰਨੇ ਜਿਹੜੇ ਹੁੰਦੇ ਨੇ ਬੜੇ ਸਟਾਈਲ ਨਾਲ ਟੁਰਦੇ ਆ ਟੁਰਿਆ ਜਾਵੇ ਬਾਜ਼ਾਰ ਦੇ ਵਿੱਚ ਆਇਓ ਦਾ ਹਾਲਾਤ
ਹਾਥਾ ਯੱਗਾ ਕਰਕੇ ਟੱਪਿਆ ਵੈਦਾ ਹੈ ਯਕਦਮ ਉਹਦੇ ਕੋ ਗਾਂ ਟੱਪੀ ਅੰਨੇ ਦਾ ਹੱਥ ਗਾਂ ਦੇ ਢੇਡ ਤੇ ਲੱਗਾ ਤੇ ਅੰਨਾ ਗਾਂ ਨੂੰ ਪਿਆਖੇ ਸੌਰੀ ਮੈਡਮ ਸੌਰੀ ਸੌਰੀ ਮੇਰੀ ਭੈਣ ਸੌਰੀ 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 ਇਦੋਂ ਇੱਕ ਅੱਖੀ ਵਾਲਾ ਜਵਾਨ ਖਲਾਈ ਉਸ ਆਖੇ ਉਹ ਲੰਤੀ ਅੰਨੀ ਬਲਾ ਬਈ ਜਿਹੜੀ ਗੱਲ ਔਰਤ ਨੂੰ ਕਰਨੀ ਆਈ ਗਾਂ ਨੂੰ ਠੋਕੀ ਬੈਠਾ ਅੰਨਾ ਪਿਆਖੇ ਇਹਦੇ 'ਚ ਮੇਰਾ ਤਾਂ ਗੁਨਾਹ ਹੈ ਕੋਈ ਨਹੀਂ ਕਿਉਂਕਿ ਮੈਂ ਅੱਖੀ ਤੋਂ ਬੁਥਾ ਜਾਵਾਂ ਮਗਰ ਦਿਲ 'ਚ ਅੰਨਾ ਬੜਾ ਸ਼ਰਮਸਾਰ ਪਿਆ ਮੈਂ ਕਿਹੜੀ ਚਬਲ ਮਾਰ ਬੈਠਾ ਮੁੜ ਇਹ ਹੀ ਕਰਕੇ ਟੁਰਿਆ ਬਹਿੰਦਾ ਜਾਂ ਗੋ ਅਸਲ ਔਰਤ ਆਉਂਦੀ ਪਈ ਆਏ ਅੰਨੇ ਦਾ ਹੱਥ ਅਚਾਨਕ ਇੱਥੇ ਲੱਗ ਗਿਆ ਉਹ ਸਮਝਿਆ ਸ਼ਾਇਦ ਉਹ ਅਗਾਂ ਅਤੇ ਯਕਦਮ ਅੰਨਾ ਪਿਆਖੇ ਆਖੇ ਕੰਜੋਰ ਮੀ ਲੋਕ ਚੋ ਚੂ ਕੇ ਬਾਜ਼ਾਰਾਂ 'ਚ ਛੱਡਣ ਦੇ ਨਖ ਹਾਥੀ ਲਾਈਆ ਬੜਿਆ ਇੱਕ ਬੰਦਾ ਕੀ ਕਰੇ ਸਾਰੇ ਜਣੇ ਪੈਸੇ ਦਿੱਤੇ ਕਰੋ ਨਹੀਂ ਤਾਂ ਹੋ ਜਾਣਾ ਨਹੀਂ ਤਾਂ ਹੋ ਜਾਣਾ ਤਾਂ ਹੀ ਦਿੱਤੇ ਕਰੋ ਬੜਿਆ ਜਦੋਂ ਸਰਦੀ 'ਚ ਗਰਮੀ ਆਉਂਦੀ ਤਾਂ ਗਰਮੀ ਸਰਦੀ ਆਉਂਦੀ ਨਾ ਹੁਣ ਮੌਸਮ ਦੀ ਤਬਦੀਲੀ ਆਈ ਅਤੇ ਹਰ ਬੰਦੇ ਨੂੰ ਜ਼ੁਕਾਮ ਨਜ਼ਲਾ ਖਾਂਸੀ ਬੁਖਾਰ ਇੱਕ ਬੇਲੀ ਨੂੰ ਤਾਂ ਇਹ ਜ਼ੁਕਾਮ ਲੱਗਾ ਨੱਕ ਬੰਦ ਹੋ ਗਿਆ ਉਸ ਸ਼ੋਦਾ ਨੂਨ ਹੋ ਗਿਆ ਡਾਕਟਰ ਤੇ ਗਿਆ ਡਾਕਟਰ ਕੋ ਕੌਮ ਦਾ ਮੀਰ ਆਲਮ ਹੋਏ ਮੇਰਾ ਸੀ ਡਾਕਟਰ ਨੂੰ ਜ਼ੁਕਾਮ ਦਾ ਮਰੀਜ਼ ਸਲਾਮ ਪੇ ਕਰੇ ਉਹ ਮੇਰਾ ਸੀ ਡਾਕਟਰ ਹੱਸਿਆ ਵਾਲਕੁਮ ਸਲਾਮ ਭਾਈ ਜੀ ਕੀ ਤਕਲੀਫ ਹੈ ਤੁਹਾਨੂੰ ਸਾਰੀ ਰਾਤ ਹਾਰਾ ਨਾਕੇ ਚੁਲਾਉਣ ਵੀ ਲੱਗਾ ਡਾਕਟਰ ਸਾਹਿਬ ਕੋਈ ਚੰਗਾ ਜਿਹਾ ਇਲਾਜ ਦੱਸੋ ਤਾਂ ਆਏ ਮੇਰਾ ਸੀ ਡਾਕਟਰ ਉਸ ਇਲਾਜ ਕਿਹੜਾ ਦੱਸੇ ਉਸ ਆਖਿਆ ਭਾਈ ਜੀ ਇਸ ਤਰ੍ਹਾਂ ਕਰੋ ਛਟਾਕ ਡੂੰਗਰਜਾਂ ਦੇ ਗਾਣੇ ਦੀ ਛਟਾਕ ਮਹਿੰਦੀ ਅਸਰ ਦੀ ਗਜ਼ਲ ਦੀ ਦੋ ਛਟਾਕਾਂ ਗੁਲਾਮ ਅਲੀ ਦੀ ਗਜ਼ਲ ਦੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਸੁਣਨਾ ਹੀ ਹੈ ਅਤੇ ਲੈਣਾ ਹੀ ਹੈ ਮਰੀਜ਼ਾਂ ਦਾ ਡਾਕਟਰਾਂ ਦਾ ਅਤਾ ਉਲੇ ਅਤੇ ਪਠਾਣ ਖਾਣ ਤੋਂ ਪਰਹੇਜ਼ ਕਰੀ ਬਈ ਇਹ ਬੇਸੁਰੀਆਂ ਬਲਾਈਆਂ ਨਹੀਂ ਤਰਾ ਬੱਚੇ ਮੁਖਤਲਿਫ ਕੌਮਾਂ ਦੇ ਹਨ ਅਤੇ ਸਕੂਲ ਦੇ ਵਿੱਚ ਪੜ੍ਹਦੇ ਹਨ ਜਿਵੇਂ ਅਸੀਂ ਪੜ੍ਹਿਆ ਮੁਖਤਲਿਫ ਕੌਮਾਂ ਦੇ ਬੱਚੇ ਸ਼ੁਕਰੀਆ ਜਨਾਬ ਬੜੀ ਮਿਹਰਬਾਨੀ ਹਾਜ਼ਰੀਨ ਮਹਿਫਲ ਜੀ ਫਿਰ 100 ਰੁਪਇਆ ਸਾਡੇ ਦੋਸਤ ਮਿਹਰਬਾਨੀ ਨਾਮ ਕਰਤਾ ਸ਼ੁਕਰੀਆ ਕਿਹੜੀ ਕਿਹੜੀ ਕੌਮ ਦਾ ਹੈ ਇੱਕ ਕਲਾਸ 'ਚ ਇੱਕ ਕੁਸ਼ਤੀ ਵਾਲੇ ਪਹਿਲਵਾਨ ਦਾ ਬੱਚੋ ਵੇ ਦੂਆ ਬੱਚਾ ਮੇਰਾ ਸੀਆਂ ਲਾਰਾ ਸੀਆਂ ਤਾਂ ਤ੍ਰੀਆ ਬੱਚਾ ਗੁਬਾਰਾ ਮੀਰਾ ਬੰਦ ਇੱਕ ਕਲਾਸ 'ਚ ਪੜ੍ਹ ਦੋ ਅਚਾਨਕ ਮਾਸਟਰ ਦੇ ਐਨਕ ਟੁੱਟ ਗਈ ਉਹਨੂੰ ਸ਼ੱਕ ਪੈ ਗਿਆ ਕਿ ਸ਼ਾਇਦ ਇਹ ਪਹਿਲਵਾਨ ਦੇ ਪੁੱਤਰ ਮੇਰੀ ਐਨਕ ਬੰਨੀ ਹੁਣ ਤੁਸੀਂ ਇਹ ਜਾਜਮੈਂਟ ਹੀ ਕਰਿਆ ਭਾਈ ਹਰ ਬੱਚਾ ਆਪਣੀ ਅਸਲੀਅਤ ਕਿਵੇਂ ਵਿਖਾਈਦਾ ਸਦੇ ਉਸ ਪਹਿਲਵਾਨ ਦੇ ਪੁੱਤਰ ਨੂੰ ਮਾਸਟਰ ਸਾਹਿਬ ਪੁੱਤਰ ਸ਼ਕੂਰ ਅਤੇ ਪਹਿਲਵਾਨ ਦਾ ਪੁੱਤਰ ਪਿਆ ਕੇ ਜੀ ਉਸਤਾਦ ਜੀ ਉਸ ਅੱਗੇ ਕੁੱਤੀ ਦੇ ਪੋਤਰਾ ਜ਼ਰਾ ਅਦਬ ਦੇ ਵਿੱਚ ਆ ਮੈਨੂੰ ਇਹ ਦੱਸ ਐਨਕ ਮੇਰੀ ਤੂੰ ਤੋੜੀ ਰੱਬ ਜਾਣਦਾ ਉਸਤਾਦ ਜੀ ਹੱਥ ਵੀ ਨਹੀਂ ਲਾਇਆ ਉਸ ਜੀ ਉਹਨੂੰ ਚਾਟ ਕਰਦੇ ਨਾ ਛੂਆ ਤੇ ਰੋ ਕੇ ਪਹਿਲਵਾਨ ਦਾ ਪੋਤਰ ਪਿਆ ਆਖੇ ਵਾਹ ਉਸਤਾਦ ਜੇ ਹੁਣ ਤੂੰ ਮੈਨੂੰ ਚੰਨ ਮਾਰੀ ਤੇ ਮੈਂ ਤੈਨੂੰ ਆਪਣੇ ਅੱਬੇ ਕੋਲੋਂ ਪੁੱਠੀ ਮਰਵਾ ਦੇਗਾ ਉਸ ਗੱਲ ਉੱਲੂ ਦੇ ਪੱਠੇ ਆਪਣੀ ਅਸਲੀਅਤ ਵੀ ਗਾ ਰਹੇ ਮੋੜ ਸਦੇ ਮੇਰਾ ਮੇਰਾ ਸਿਰ ਬੜੀ ਨਾਜ਼ੁਕ ਜੀ ਕੌਮ ਬੇਟੇ ਅਸਲਮ ਤੇ ਮੇਰਾ ਸਿਰ ਪੇ ਕਰੇ ਪੁੱਤਰ ਮੈਨੂੰ ਇਹ ਦੱਸ ਐਨਕ ਮੇਰੀ ਤੂੰ ਤੋੜੀ ਮੇਰੇ ਹੱਸੇ ਪਿਆ ਕੇ ਕਸਮ ਕੁੜੀਆਂ ਦੇ ਵਿੱਚ ਪਤਾ ਕੋਈ ਨਾ ਮੈਨੂੰ ਲਾ ਲਾ ਮੁਹੰਮਦ ਮੈਨੂੰ ਕੋਈ ਨਾ ਪਤਾ ਮੈਂ ਚੱਕੀ ਦੇ ਮੈਨੂੰ ਕੋਈ ਨਹੀਂ ਪਤਾ ਲਾ 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 ਮੈਂ ਮਾਂ ਦਾ ਮਾਰੇ ਪਿਓ ਮੇਰੇ ਮੇਰਾ ਬਿਨਾ ਮੇਰੇ ਮੇਰੇ ਬਿਨਾ ਮੇਰੇ ਮੈਂ ਕੋਈ ਨਹੀਂ ਉਹ ਜੋ ਚਾਟ ਘਾਤ ਕੇ ਮਾਰੀ ਮੇਰੇ ਹੱਸੇ ਦਾ ਬਾਲ ਰੋਵੇ ਕਿਵੇਂ ਪਿਆ ਇਹਨਾਂ ਮੈਨੂੰ ਚਾਟ ਮਾਰ ਦਿੱਤੀ ਆਏ ਆਏ ਉਹ
سکے لے بھئی یہ بھی اصلیت آ گئی ذرا کو باہر دی آندر دیکھنی اب پتر محمد علی کو باہر پہ کہ کی ہے کہ بات یہی ہے کی ہے اور پتر میں نے دس اے نا کہ میری تو تھوڑی ہے کبھار پہ کہ اویل تا ہی مینو پتا کوئی نا جیتا انہوں میرے تا شاک کے تا میری لات چا بھان اور جو کبھار نو گات کے چاٹ ماری کبھار آتا بال روے کی میں پہ مینو چار بار دیتے ہیں مینو چار بار مینو چار Yeah, man.